ਵਾਹਿ ਖਾਲਸਾ ਵਾਹਿ ਗੁਰੂ ਜੀ। ਸੰਗਤ ਜੀ, ਜੋ ਜੋੜਾ ਸਾਹਿਬ ਦੇ ਦਰਸ਼ਨ ਕਰ ਰਹੇ ਧੰਨ ਧੰਨ ਸਿੰਘ ਅਮਰਦਾਸ ਜੀ ਦੇ ਪੈਰਾਂ ਦਾ ਜੋੜਾ ਜੀ, ਇਹ 12 ਸਾਲ ਸੇਵਾ ਕਰਕੇ ਬਾਬਾ ਸੱਚਨ ਸਾਹਿਬ ਜੀ ਨੇ ਦਾਤ ਪ੍ਰਾਪਤ ਕੀਤੀ। 1606 ਈਸਵੀ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਨੇ ਗੋਇੰਦਵਾਲ ਨਗਰ ਵਸਾਉਣਾ ਕੀਤਾ ਜੀ। ਦੂਰੋਂ ਦੂਰੋਂ ਸੰਗਤ ਆਉਣ ਕਰਕੇ ਭੀੜ ਹੋ ਗਈ, ਜਦੋਂ ਜਗ੍ਹਾ ਦੀ ਬਹੁਤ ਘਾਟ ਸੀ ਜੀ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ, ਰਾਤ ਵਿਸ਼ਰਾਮ ਕਰਨ ਵਾਸਤੇ ਪਰੇਸ਼ਾਨੀ ਆਉਂਦੀ, ਅਤੇ ਇਮਾਰਤ ਤਿਆਰ ਕੀਤੀ ਜਾਵੇ। ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰੂ ਅਮਰਦਾਸ ਜੀ ਨੇ ਬਾਬਾ ਸਵਨਮਾਲ ਜੀ ਦੀ ਆਪਣੇ ਭਤੀਜੇ ਦੀ ਡਿਊਟੀ ਲਾਈ ਹਿਮਾਚਲ ਤੋਂ ਲੱਕੜਾਂ ਲਿਆਉਣ ਵਾਸਤੇ। 5 ਸਿੰਘਾਂ ਦੇ ਨਾਲ ਡਿਊਟੀ ਲੱਗੀ ਜੀ। ਜਦੋਂ ਹਿਮਾਚਲ 'ਚ ਗਏ, ਸਕੇਤ ਮੰਡੀ ਜਾ ਕੇ ਵਿਸ਼ਰਾਮ ਕੀਤਾ। ਉੱਥੋਂ ਦੇ ਰਾਜਾ ਹਰੀਸ਼ਨ ਦਾ ਇਕਾਦਸ਼ੀ ਦਾ ਵਰਤ ਚੱਲਦਾ ਸੀ ਜੀ। ਸਿੰਘਾਂ ਨੇ ਜਾ ਕੇ ਲੰਗਰ ਪਾਣੀ ਤਿਆਰ ਕੀਤਾ ਜੀ, ਛਕਿਆ ਜੀ। ਕਿਸੇ ਨੇ ਸ਼ਿਕਾਇਤ ਕਰਤੀ ਜੀ ਕਿ ਤੁਹਾਡੇ ਹੁਕਮ ਦੀ ਉਹਨਾਂ ਅਵਦੂਲੀ ਕੀਤੀ ਹੈ, ਲੰਗਰ ਤਿਆਰ ਕੀਤਾ। ਰਾਜੇ ਨੇ ਉਹਨਾਂ ਨੂੰ ਫੜ ਕੇ ਅੰਦਰ ਕਰ ਦਿੱਤਾ ਜੀ। ਜਦੋਂ ਸਿੰਘਾਂ ਨੂੰ ਅੰਦਰ ਕੀਤਾ ਜੀ, ਰਾਜੇ ਦੇ 7 ਵਿਆਹ ਸੀ, ਜਿਨ੍ਹਾਂ ਵਿੱਚੋਂ ਇੱਕੋ ਹੀ ਪੁੱਤਰ ਸੀ 7 ਰਾਣੀਆਂ ਤੋਂ, ਗੁਰੂਧਰ ਸੈਨ ਨਾਮ ਆਉਂਦਾ ਜੀ ਉਹਦਾ। ਅਚਾਨਕ ਉਹਨਾਂ ਦੀ ਮੌਤ ਹੋ ਗਈ ਜੀ। ਕਿਸੇ ਨੇ ਕਿਹਾ ਜੀ ਸਾਰਿਆਂ ਨੂੰ ਅੰਦਰ ਰੱਖਣ ਕਰਕੇ ਇਹ ਸਾਰੀ ਘਟਨਾ ਵਾਪਰੀ ਜੀ। ਉਹਨਾਂ ਸੰਤਾਂ ਨਾਲ ਵਚਨ ਕੀਤੇ, ਉਹਨਾਂ ਮਹਾਰਾਜ ਨੇ ਇੱਕ ਗੁਰੂ ਅਮਰਦਾਸ ਜੀ ਨੇ ਕਰਮਾਲ ਦਿੱਤਾ ਸੀ, ਆਪਦੀ ਸ਼ਕਤੀ ਦਿੱਤੀ ਸੀ ਬਾਬਾ ਸਵਨ ਮਾਲ ਨੂੰ ਵੀ ਜੋ ਭੀੜ ਪਵੇ ਸਾਨੂੰ ਯਾਦ ਕਰਨਾ ਅਤੇ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਚਲੋ ਬਾਬਾ ਸਵਨ ਜੀ ਨੇ ਉਹ ਕਰਦੇ ਹੋਏ ਕਰਮਾਲ ਦੀ ਕੰਨੀ ਭਿਉਂ ਕੇ ਛਿੱਟਾ ਮਾਰਿਆ ਅਤੇ ਰਾਜਕੁਮਾਰ ਜਿੰਦਾ ਹੋ ਗਿਆ ਜੀ। ਚਲੋ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਪੁੱਛਿਆ ਗਿਆ ਸਿੰਘਾਂ ਨੂੰ ਤੁਸੀਂ ਕਿਸ ਕੰਮ ਆ ਜੇ, ਉਹਨਾਂ ਕਿਹਾ ਜੀ ਅਸੀਂ ਤਾਂ ਇਸ ਤਰ੍ਹਾਂ ਮਰਤ ਬਣਦੀ ਜੀ, ਲੱਕੜਾਂ ਬਿਆਸ ਨਗਰੀ 'ਚ ਇਕੱਠੇ ਬਣਾ ਕੇ ਸਿੱਟਣੇ, ਗੋਇੰਦਵਾਲ ਕੱਢਣੇ ਹੀ ਜਾ ਕੇ। ਚਲੋ ਰਾਜੇ ਨੇ ਆਪਦੀ ਡਿਊਟੀ ਸੈਨਾ ਲਾਈ ਦੀ, ਸਾਰਾ ਕੰਮ ਪੂਰਾ ਹੋ ਗਿਆ। ਜਦੋਂ ਵਾਪਸੀ ਜਦੋਂ ਆਉਣ ਲੱਗੇ ਉਹ ਵੀ ਅਸੀਂ ਜਾਣਾ ਹੁਣ, ਅਤੇ ਉਹਨਾਂ ਬੇਨਤੀ ਕੀਤੀ ਰਾਜੇ ਨੇ ਵੀ ਤੁਸੀਂ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਜੀ, ਕੁਛ ਸਮਾਂ ਹੋਰ ਰਹੋ ਸਾਡੇ ਕੋਲ। ਚਲੋ ਉਹਨਾਂ ਦੀ ਬੇਨਤੀ ਨੂੰ ਸੁਣਦੇ ਹੋਏ ਰਾਜੇ ਨੇ ਸਵਨਮਲ ਜੀ ਉੱਥੇ ਰਹਿ ਗਏ, 4 ਸਿੰਘ ਵਾਪਸੀ ਆ ਗਏ ਜੀ। ਇਹ ਕਰਦਿਆਂ ਕਰਦਿਆਂ ਜੀ ਸਵਨਮਲ ਨੂੰ ਮਤਲਬ ਭੁੱਲ ਗਏ ਜੀ ਇਸ ਚੀਜ਼ ਨੂੰ, ਗੁਰੂ ਸਾਹਿਬ ਨੂੰ ਥੋੜ੍ਹਾ ਜਿਹਾ, ਅਤੇ ਉਹ ਉੱਥੇ ਰਹਿਣ ਲੱਗ ਗਏ ਜੀ। ਜਦੋਂ ਮਹਾਰਾਜ ਨੇ ਯਾਦ ਕੀਤਾ ਆਪਦੀ ਸ਼ਕਤੀ ਵਾਪਸ ਕਰ ਲਈ ਜੀ ਰੁਮਾਲ ਦੀ, ਫਿਰ ਉਹਨਾਂ ਨੂੰ ਅਹਿਸਾਸ ਹੋਇਆ ਸਵਨਮਲ ਨੂੰ ਵੀ ਮੈਂ ਭੁੱਲਣਾ ਕਰ ਬੈਠਾ। ਹੁਣ ਰਾਜੇ ਨੂੰ 7 ਰਾਣੀਆਂ ਨਾਲ ਲੈ ਕੇ ਜੀ ਗੋਇੰਦਵਾਲ ਸਾਹਿਬ ਪਹੁੰਚੇ ਜੀ। ਰਾਜੇ ਦੀਆਂ 7 ਰਾਣੀਆਂ, 7ਵੀਂ ਰਾਣੀ ਨਵੀਂ ਵਿਆਹੀ ਹੋਈ ਸੀ ਜੀ। ਜਦੋਂ ਮਹਾਰਾਜ ਦਾ ਹੁਕਮ ਸੀ ਪਹਿਲਾਂ ਪੰਗਤ ਫੇਰ ਸੰਗਤ, ਪਹਿਲਾਂ ਭੋਜਨ ਛਕਣਾ ਫੇਰ ਦਰਸ਼ਨ ਕਰਨੇ ਦੀ, ਕਿਸੇ ਨੂੰ ਉਹਲਾ ਪਰਦਾ ਕਰਕੇ ਨਹੀਂ ਸੀ ਆਉਣਾ ਹੁੰਦਾ ਜੀ ਉਹਨਾਂ ਸਮਿਆਂ 'ਚ। 7ਵੀਂ ਰਾਣੀ ਜਦੋਂ ਆਈ ਉਹ ਸ਼ਰਮਾ ਗਈ ਜੀ ਮਹਾਰਾਜ ਦੇ ਦਰਬਾਰ 'ਚ, ਅਤੇ ਉਹਨੇ ਉਹਲਾ ਕਰ ਲਿਆ ਜੀ। ਮਹਾਰਾਜ ਨੇ ਸ਼ਰਾਬ ਭਲੀ ਭਾਂਤੀ ਸੁਭਾਵਿਕ ਨੂੰ ਬਚਨ ਨਿਕਲਿਆ ਵੀ ਕਮਲੀ ਨੂੰ ਕਿਉਂ ਲਿਆ ਜੇ ਦਰਸ਼ਨ ਨਹੀਂ ਕਰਨੇ ਜੀ। ਰਾਣੀ ਪਾਗਲ ਹੋ ਗਈ, ਜੰਗਲਾਂ ਨੂੰ ਨੱਸ ਗਈ ਜੀ। ਕੁਛ ਭਾਲਣ ਤੋਂ ਬਾਅਦ ਕੁਛ ਸਮਾਂ ਰਾਜਾ ਉੱਥੇ ਰਿਹਾ, ਉਹ ਚਲਾ ਗਿਆ, ਉਹ ਚਲੇ ਗਈ। ਬਾਬਾ ਸੱਚਨ ਸਾਹਿਬ ਜੀ ਉੱਥੋਂ ਲੱਕੜਾਂ ਹੀ ਸੇਵਾ ਕਰਿਆ ਕਰਦੇ ਸਨ ਬਾਬਾ ਸੱਚਨ ਸਾਹਿਬ ਜੀ। ਉਹ ਰਾਣੀ ਬਹੁਤ ਤੰਗ ਪਰੇਸ਼ਾਨ ਕਰਨ ਲੱਗੀ, ਜਦੋਂ ਜਾਣਾ ਹੁਣ ਬਾਲਣ ਖਿਲਾਰ ਦੇਣਾ, ਹੋਰ ਉਹਦੇ ਗਲ ਪੈਣਾ ਬਾਬਾ ਸੱਚਨ ਸਾਹਿਬ ਜੀ ਦੇ। ਬਾਬਾ ਸੱਚਨ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਜੀ, ਰਾਣੀ ਬਹੁਤ ਖਰਾਬ ਕਰਦੀ ਜੀ ਜੰਗਲਾਂ ਵੱਲ, ਮੈਨੂੰ ਬਹੁਤ ਤੰਗ ਕਰਦੀ ਜੀ, ਬਾਲਣ ਖਿਲਾਰ ਦਿੰਦੀ ਜੀ। ਸੁਬਾਹ ਜਦੋਂ ਜਾਣ ਲੱਗਿਆ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਜਦੋਂ ਜਾਣਾ ਸਾਡੇ ਨਾਲ ਸਾਨੂੰ ਮਿਲ ਕੇ ਜਾਣਾ। ਬਾਬਾ ਜੀ ਨੇ ਜੋੜਾ ਸਾਹਿਬ ਬਾਬਾ ਸੱਚਨ ਸਾਹਿਬ ਜੀ ਨੂੰ ਦਿੱਤਾ ਵੀ ਰਾਣੀ ਨੂੰ ਸੁਆ ਦੇਣਾ ਜਦੋਂ ਤੁਹਾਡੇ ਲਾਵੇ। ਇਸੇ ਤਰ੍ਹਾਂ ਹੋਇਆ, ਜਦੋਂ ਸਵੇਰੇ ਬਾਬਾ ਸੱਚਨ ਸਾਹਿਬ ਜੀ ਗਏ, ਉਹ ਜੋੜਾ ਸਾਹਿਬ ਨਾਲ ਲੈ ਕੇ ਬੜੀ ਸ਼ਰਧਾ ਨਾਲ ਉੱਚੀ ਜਗ੍ਹਾ 'ਤੇ ਰੱਖਿਆ। ਜਦੋਂ ਰਾਣੀ ਆਈ ਭੱਜ ਕੇ ਉਹਨੂੰ ਬਾਲਣ ਖਿਲਾਰਿਆ, ਮੱਥੇ ਨੂੰ ਸੁਆਇਆ, ਅਤੇ ਰਾਣੀ ਸੁੱਧ ਬੁੱਧ ਹੋ ਗਈ, ਠੀਕ ਹੋ ਗਈ ਜੀ। ਦੋਵੇਂ ਜਣੇ ਲੱਕੜਾਂ ਦੀ ਪੰਡ ਚੁੱਕੇ ਜੋ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਆ ਕੇ ਸੁਭਾਵਿਕ ਬਚਨ ਨਿਕਲਿਆ ਗੁਰੂ ਅਮਰਦਾਸ ਜੀ, ਜੋੜੀ ਬਹੁਤ ਸੋਹਣੀ ਲੱਗੀ ਹੈ ਜੀ। ਮਹਾਰਾਜ ਨੇ ਆਨੰਦ ਕਾਰਜ ਕਰਕੇ ਉਹਦੇ ਨਾਲ ਗੁਰੂ ਸਾਹਿਬ ਬਾਬਾ ਸੱਚਨ ਸਿੰਘ ਜੀ ਨੇ ਕਿਹਾ ਵੀ ਮੇਰਾ ਪਰਿਵਾਰ ਪਹਿਲਾਂ ਵੀ ਹੈ ਜੀ, ਮੈਂ ਕਿਵੇਂ ਕਰਾਂਗਾ ਜੀ ਇਸ ਚੀਜ਼ ਨੂੰ। ਉਹਨਾਂ ਕਿਹਾ ਤੁਹਾਨੂੰ ਰੱਖਣੀ ਪੈਣੀ, ਇੱਕ ਤਾਂ ਤੁਸੀਂ ਚਾਦਰ ਦੇ ਕੇ ਦਾ ਤੰਗ ਘਟਿਆ ਧੱਕਿਆ ਜੀ, ਔਰ ਤੁਹਾਡੇ ਨਾਲ ਜੋੜੀ ਬਣ ਕੇ ਆਈ ਹੈ। ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਅਤੇ ਆਨੰਦ ਕਾਰਜ ਕਰਕੇ ਉਹਨਾਂ ਨੂੰ ਘਰ ਭੇਜ ਦਿੱਤਾ ਜੀ, ਔਰ ਵਰ ਦਿੱਤੇ ਪਾਗਲਪਨ ਹਜ਼ੀਰਾਂ ਵਾਲਾ ਅਤੇ ਹਲਕੇ ਕੁੱਤੇ ਦਾ ਕੱਟਿਆ, 3 ਰੋਗ ਠੀਕ ਹੋਣਗੇ ਜੀ ਇੱਥੇ। ਔਰ ਆ ਜਾਓ ਆਪਣੇ ਘਰਾਂ ਨੂੰ ਜਾਓ, ਔਰ ਪ੍ਰਚਾਰ ਕਰੋ, ਸਿੱਖੀ ਦਾ ਪ੍ਰਚਾਰ ਕਰੋ। ਜੋੜਾ ਸਾਹਿਬ ਲੈ ਕੇ ਆਪਣੇ ਘਰ ਨੂੰ ਆ ਗਏ ਜੀ। ਅੱਜ ਤੱਕ 13ਵੀਂ ਪੀੜ੍ਹੀ ਅਸੀਂ ਸੇਵਾ ਕਰਦੇ ਆ ਰਹੇ ਹਾਂ ਜੀ, ਇਹ ਜੋੜਾ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਤਨ ਮਨ ਧਨ ਤੋਂ ਠੀਕ ਹੁੰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।